ਹਸਪੀਟਲਾਂ ਦੇ ਉੱਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ, ਲੇਕਿਨ ਪੰਜਾਬ ਸਰਕਾਰ ਦੇ ਹਸਪੀਟਲਾਂ 'ਚ ਹੋ ਕੀ ਰਿਹਾ? ਕੀ ਹੋ ਰਿਹਾ ਕਿ ਜਿਹੜਾ 3 ਦਿਨਾਂ ਦਾ ਬੱਚਾ, ਸੌਰੀ 3 ਮਹੀਨੇ ਵੀ ਬੜੇ ਕਹਿ ਤੇ, 3 ਦਿਨਾਂ ਦੇ ਬੱਚੇ ਨੂੰ ਕਿਤੇ ਨਾ ਕਿਤੇ ਚੋਰੀ ਕਰ ਲਿੱਤਾ ਜਾਂਦਾ, ਤੇ ਨੈਗਲੀਜੈਂਸ ਇੰਨੀ ਕੁ ਸਟਾਫ ਦੀ ਕਿ ਉਹਨਾਂ ਦੇ ਸਾਹਮਣੇ ਉਹ ਬੱਚਾ ਇੱਥੋਂ ਨਿਕਲ ਜਾਂਦਾ ਤੇ ਕਿਸੇ ਵੀ ਸਟਾਫ ਦੇ ਮੈਂਬਰ ਨੂੰ ਪਤਾ ਨਹੀਂ ਲੱਗਦਾ ਕਿ ਬੱਚਾ ਕਿੱਥੇ ਚਲੇ ਗਿਆ। जय भीम, जय संविधान। मेरा नाम मनी गिल, समाज सेवक। अज बड़ी मंदभागी घटना जिथे पंजाब सरकार सबना वड्डा काम कर रही है कि हॉस्पिटलों के उत्ते पंजाब सरकार काम कर रही है, लेकिन पंजाब सरकार के हॉस्पिटलों हो ही रहा। की हो रहा है कि जिहड़ा 3 दिनों का बच्चा, सॉरी 3 महीने भी बड़े कहते, 3 दिनों के बच्चे कितने ना कितने चोरी कर लिता जाता, तो नैगलीजेंस इन्नी कु स्टाफ की कि उन्होंने सामने वो बच्चा इतों निकल जाता ਤੇ ਕਿਸੇ ਵੀ ਸਟਾਫ ਦੇ ਮੈਂਬਰ ਨੂੰ ਪਤਾ ਨਹੀਂ ਲੱਗਦਾ ਕਿ ਬੱਚਾ ਕਿੱਥੇ ਚਲੇ ਗਿਆ। ਗੱਲ ਗੁਰੂ ਨਗਰੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਦੀ, ਉਹਦੇ ਨਾਲ ਹੀ ਬਾਹਰ ਚੌਂਕੀ ਆ, ਤੇ ਚੌਂਕੀ ਵਾਲਿਆਂ ਦੀ ਵੀ ਨੈਗਲੀਜੈਂਸ ਇੰਨੀ ਕਿ ਉਹਨਾਂ ਦੇ ਲਾਗੇ ਮੇਨ ਗੇਟ ਦੇ ਨਾਲ ਹੀ ਚੌਂਕੀ ਆ, ਤੇ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਪਿਆ ਹਾਲੇ ਤੱਕ। ਰਾਤ ਦਾ 3 ਵਜੇ ਦਾ ਬੱਚਾ ਗਿਆ, ਲੇਕਿਨ ਹਾਲੇ ਤੱਕ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗ ਰਿਹਾ। ਤੇ ਉੱਤੋਂ ਪ੍ਰਸ਼ਾਸਨ ਨੂੰ ਇਲਜਾ ਰਿਹਾ, ਪ੍ਰਸ਼ਾਸਨ ਕਹਿ ਰਿਹਾ ਕਿ ਆਪਾਂ ਤੁਹਾਨੂੰ ਜੇ ਇਨਵੈਸਟੀਗੇਸ਼ਨ ਪ੍ਰੋਪਰ ਦੱਸਦੇ ਰਹੇ ਮਾਂ ਪਿਓ ਨੂੰ, ਤੇ ਉਹਨਾਂ ਜਿਹੜੇ ਦੋਸ਼ੀਆਂ ਨਾਲ ਸਾਰਾ ਪਤਾ ਲੱਗ ਜਾਊਗਾ ਤੇ ਬੱਚੇ ਨੂੰ ਕੁਛ ਨਾ ਕੁਛ ਕਰ ਦੇਣਗੇ। ਮਤਲਬ ਕਿ ਪੰਜਾਬ ਸਰਕਾਰ ਨੇ ਪੁਲਿਸ ਇੰਨੀ ਕੁ ਟ੍ਰੇਨਡ ਕਰਤੀ ਆ ਕਿ ਪੰਡਤਾਂ ਵਾਂਗੂ ਹੱਥ ਵੇਖਣ ਵਾਲੀ ਪੁਲਿਸ ਬਣਾ ਦਿੱਤੀ ਆ, ਜਿਹੜੇ ਦੂਰੋਂ ਹੀ ਭਾਵਨਾ ਦੇ ਨਾਲ ਪਤਾ ਲੱਗ ਜਾਂਦੇ, ਜੇ ਪਤਾ ਲੱਗ ਗਿਆ, ਜੇ ਹਵਾ ਉੱਡ ਗਈ ਤੇ ਬੱਚਾ ਮਾਰ ਦੇਣਗੇ। ਅੱਜ ਪੰਜਾਬ 'ਚ ਇਹ ਹਾਲਾਤ ਹੋ ਰਹੇ ਆ। ਬੇਨਤੀ ਆ ਪੰਜਾਬ ਵਾਸੀਆਂ ਨੂੰ ਕਿ ਆਪ ਬਿੜਾ ਉੱਠਣਾ ਪੈਣਾ, ਕਿਉਂਕਿ ਸਰਕਾਰਾਂ ਤੇ ਯਕੀਨ ਨਹੀਂ ਹੈਗਾ, ਦਿਖਾਉਂਦੀਆਂ ਕੁਛ ਹੋਰ ਨੇ, ਕਰਦੀਆਂ ਕੁਛ ਹੋਰ ਨੇ। ਅੱਜ ਬੱਚੇ ਦੇ ਹਾਲਾਤ ਕੀ ਨੇ, 3 ਦਿਨਾਂ ਦੇ ਬੱਚੇ ਨੇ ਜਿਹਨੇ ਮਦਰ ਦੀ ਫੀਡ ਲੈਣੀ ਹੁੰਦੀ ਆ, ਉਹ ਹਾਲਾਤ ਆ ਬੱਚੇ ਦੇ, ਜਿਹੜਾ ਕੁਛ ਬੋਲ ਕੇ ਦੱਸ ਨਹੀਂ ਪਾਉਂਦਾ ਮੈਨੂੰ ਹੋਇਆ ਕੀ ਆ। ਅੱਜ ਉਸ ਉਹਨਾਂ ਬੱਚਿਆਂ ਦੇ ਉੱਤੇ ਅਟੈਕ ਕੀਤਾ ਜਾ ਰਿਹਾ, ਉਹਨਾਂ ਬੱਚਿਆਂ ਨੂੰ ਵੇਚਿਆ ਜਾ ਰਿਹਾ, ਤੇ ਸ਼ਰ ਕਿੰਨੀ ਆ ਪ੍ਰਸ਼ਾਸਨ ਦੀ। ਪ੍ਰਸ਼ਾਸਨ ਅਗਰ ਜੇ ਸਹੀ ਤਰੀਕੇ ਨਾਲ ਗੁਰੂ ਨਾਨਕ ਹਸਪੀਟਲ ਦੇ ਵਿੱਚ ਸਿਕਿਉਰਿਟੀ ਗਾਰਡ ਜਾਂ ਹੋਰ ਜਿਹਨੇ ਸਟਾਫ ਕੰਮ ਕਰਦੇ ਉਲਟੇ ਪੂਰੀ ਜਾਣਕਾਰੀ ਰੱਖੇ ਤੇ ਪੂਰੀ ਦੇਖ ਰੇਖ ਰੱਖੇ ਪੁਲਿਸ ਪ੍ਰਸ਼ਾਸਨ, ਲੇਕਿਨ ਪ੍ਰਸ਼ਾਸਨ ਕੀ ਕਰਦਾ ਆ, ਹੇਅਰ ਐਂਡ ਦੇਅਰ ਕਰਦਾ ਆ। ਡਾਕਟਰਸ ਵੀ ਇੱਥੋਂ ਦੇ ਜਿਹੜੇ ਹੇਅਰ ਐਂਡ ਦੇਅਰ ਕਰਦੇ ਆ, ਹਾਲਾਤ ਹੀ ਜਾ ਕੇ ਅੰਦਰ ਗੁਰੂ ਨਾਨਕ ਦੇਵ ਦੇ ਹਸਪੀਟਲ ਦੇ ਦੇਖ ਲਓ। ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਹੈਲਥ ਸਿਸਟਮ ਦੇ ਉੱਤੇ ਵੱਡਾ ਕੰਮ ਕੀਤਾ ਜਾਏਗਾ, ਲੇਕਿਨ ਹੋਰ ਵੀ ਬਹੁਤ ਚੋਰੀਆਂ ਹੋਈਆਂ ਨੇ, ਲਗਾਤਾਰ ਹੀ ਚੋਰੀਆਂ ਦੇ ਮਾਮਲੇ ਆਉਂਦੇ ਨੇ। ਅੱਜ ਹੱਥੋਂ ਹੀ ਇੱਕ ਬੱਚਾ ਚੋਰੀ ਕਰ ਲਿਆ, ਪਹਿਲਾਂ ਵੀ ਚੋਰੀਆਂ ਹੁੰਦੀਆਂ, ਫਿਰ ਕੋਈ ਕਾਰਵਾਈ? ਦੇਖੋ ਜੀ, ਕਾਰਵਾਈ ਹੋਣੀ ਕਿੱਥੋਂ ਆ, ਚੋਰੀਆਂ ਇਹਨਾਂ ਦੀ ਚੋਰੀਆਂ ਕਰਨ ਤੇ ਥਾਣੇ ਦੀ ਚੌਂਕੀ ਬਾਹਰ ਥਾਣਾ ਬਾਹਰ ਦਿੱਤਾ, ਲੇਕਿਨ ਥਾਣੇ ਨੇ ਕੀ ਕੀਤਾ, ਚੋਰੀਆਂ ਨੂੰ ਠੱਲ ਨਹੀਂ ਪਾਈ, ਲੇਕਿਨ ਸ਼ਰ ਜ਼ਰੂਰ ਦਿੱਤੀ। ਅੰਦਰ ਜਾ ਕੇ ਤੁਸੀਂ ਦੇਖਿਆ, ਅੰਦਰ ਜਾ ਕੇ ਤੁਸੀਂ ਦੇਖਿਆ ਕਿੰਨੀ ਕੰਫਰਟੇਬਿਲਟੀ ਦੇ ਵਿੱਚ ਜਿਹੜੀ ਲੜਕੀ ਨਾਲ ਗੱਲ ਹੋ ਰਹੀ ਹੈ, ਕਿੰਨੀ ਕੰਫਰਟੇਬਲ ਇਨਵਾਇਰਮੈਂਟ ਦੇ ਵਿੱਚ ਉਹਨੂੰ ਬਿਠਾਇਆ ਜਾ ਰਿਹਾ। ਉਹ ਚੀਜ਼ਾਂ ਦੱਸਦੀਆਂ ਕਿ ਪੰਜਾਬ ਸਰਕਾਰ ਦੀ ਕਿਤੇ ਮਿਲੀ ਭੁਗਤ ਹੈਗੀ, ਇਹਨਾਂ ਦੇ ਜਿਹੜੇ ਪੁਲਿਸ ਵਾਲਿਆਂ ਦੀ ਇਹਨਾਂ ਮਿਲੀ ਭੁਗਤ ਹੈਗੀ ਆ। ਚੋਰੀਆਂ ਹੁੰਦੀਆਂ, ਇਲਾਜ ਇੱਥੇ ਨਹੀਂ ਹੁੰਦਾ, ਤੁਸੀਂ ਦੇਖ ਦਿਓ ਕਿ ਕਿੰਨੀਆਂ ਲੈਣਾ ਹੈਗੀ ਆ। ਸਭ ਨਾਲ ਜ਼ਿਆਦਾ ਮੈਡੀਕਲ ਸਟੋਰ, ਹਾਲੇ ਕਿ ਇੱਥੇ ਸਰਕਾਰੀ ਹਸਪੀਟਲ, ਇੱਥੇ ਦਵਾਈਆਂ ਫ੍ਰੀ ਹੈਗੀਆਂ, ਟੈਸਟ ਫ੍ਰੀ ਹੈਗੇ ਆ, ਲੇਕਿਨ ਸਭ ਨਾਲ ਜ਼ਿਆਦਾ ਮੈਡੀਕਲ ਸਟੋਰ ਇਹਦੇ ਆਲੇ ਦੁਆਲੇ ਹੈਗੇ ਆ। ਇੱਕ ਨੈਕਸਿਸ ਚੱਲ ਰਿਹਾ ਕਿ ਅੰਦਰੋਂ ਪਰਚੀ ਸਿਸਟਮ ਚੱਲਦਾ, ਪਰਚੀਆਂ ਖੋਹ ਕੇ ਲਿਆਉਂਦੇ ਆ ਤੇ ਇੱਥੇ ਲਿਆ ਕੇ ਕਮਿਸ਼ਨ ਮਿਲ ਜਾਂਦੀ ਆ। ਦੇਖੋ ਜੀ, ਇਨਸਾਨ ਦੀ ਕਦਰ ਉਨੀ ਦੇਰ ਤੱਕ ਹੈ ਜਿੰਨੀ ਤੱਕ ਹੋਰ ਕੋਈ ਵੋਟ ਹੈਗੀ ਆ। ਜਦੋਂ ਇੱਕ ਵੋਟ ਦਾ ਦਿਨ ਨਿਕਲ ਜਾਂਦਾ ਤੇ 5 ਸਾਲ ਕਦਰ ਉਹਦੀ ਮੁੱਕ ਜਾਂਦੀ ਹੈ, ਖਤਮ ਹੋ ਜਾਂਦੀ ਆ। ਇਹ ਇਨਸਾਨ ਦੀ ਕਦਰ ਹੈਗੀ ਆ। ਜੇ ਪੰਜਾਬ ਸਰਕਾਰ ਕੋਈ ਚੰਗਾ ਕਰਨਾ ਚਾਹੁੰਦੀ ਆ, ਜੇ ਚੰਗਾ ਕਰਨਾ ਚਾਹੁੰਦੀ ਆ, ਤੇ ਇਹ ਮੈਡੀਕਲ ਸਟੋਰ ਦੇ ਉੱਤੇ ਵੀ ਨਗੇਲੀ ਪਾਈ ਜਾਵੇ। ਦੇਖੋ ਜੀ, ਪੁਲਿਸ ਅਧਿਕਾਰੀ ਤਾਂ ਮਿਲਿਆ ਕੋਈ ਨੀ, ਬੱਚਾ ਚੋਰੀ ਹੋ ਜੇ ਤੇ ਐਸਪੀ ਰੈਂਕ ਦਾ ਅਧਿਕਾਰੀ ਨਾ ਆਵੇ, ਉੱਤੋਂ ਆਈਪੀਐਸ ਅਫਸਰ ਨਾ ਕੋਈ ਆਵੇ, ਤੇ ਬੜੀ ਸ਼ਰਮ ਦੀ ਗੱਲ ਹੈ ਕਿ ਉਹਨਾਂ ਪਰਿਵਾਰਾਂ ਦੇ ਅੱਖਾਂ ਦੇ ਵਿੱਚ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ, ਦਰਦ ਦਿਖਾਉਣਾ ਚਾਹੁੰਦੇ ਹੋ ਆਪਣਾ, ਕਿ ਤੁਹਾਡਾ ਬੱਚਾ ਨਹੀਂ ਮਿਲ ਸਕਦਾ। ਤੁਸੀਂ ਉਹਨਾਂ ਨੂੰ ਬਾਰ ਬਾਰ ਕਹਿ ਰਹੇ ਹੋ ਕਿ ਤੁਹਾਡੇ ਬੱਚੇ ਨੂੰ ਕੁਛ ਹੋ ਜਾਏਗਾ, ਕੁਛ ਹੋ ਜਾਏਗਾ, ਹਾਲੇ ਤੱਕ ਤਾਂ ਉਹਨਾਂ ਕੋਲ ਬੱਚਾ ਹੀ ਨਹੀਂ ਹੈਗਾ। ਕੀ ਪਤਾ ਤੁਸੀਂ ਕਿਹੜੇ ਹਾਲਾਤਾਂ 'ਚ ਦੇਣਾ ਆ, ਤੁਸੀਂ ਆਪਣੀ ਜਿਹੜੀ ਤਕਰੀਰ ਆ ਉਹਨੂੰ ਬੰਦ ਕਰੋ, ਜੇ ਜਿਹੜਾ ਕੰਮ ਤੁਹਾਨੂੰ ਕਰਨਾ ਪੈਣਾ, ਨਹੀਂ ਤੇ ਪੰਜਾਬ ਸਰਕਾਰ ਦੇ ਵੀ ਦੁਆਰੇ ਘੇਰ ਲਿੱਤੇ ਜਾਣਗੇ, ਇੱਥੇ 5 MLA ਵੀ ਘੇਰ ਲਿੱਤੇ ਜਾਣਗੇ ਕਿ ਤੁਹਾਡੇ ਰਾਜ 'ਚ ਇਹ ਕੰਮ ਹੋ ਰਿਹਾ। ਤੁਸੀਂ ਆਣ ਕੇ ਲੋਕਾਂ ਦੇ ਘਰਾਂ ਘਰਾਂ 'ਚ ਵੜ ਵੜ ਕੇ ਕਹਿੰਦੇ ਸੀ ਆਮ ਲੋਕਾਂ ਨੂੰ ਵੋਟ ਪਾਓ, ਆਮ ਲੋਕਾਂ ਦਾ ਹਾਲਾਤ ਕੀ ਆ, ਉਹਨਾਂ ਦੇ ਬੱਚੇ ਵੀ ਚੋਰੀ ਕਰਾਉਣੇ ਸ਼ੁਰੂ ਕਰ ਦਿੱਤੇ ਆ। ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ, ਇਸ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਲਿਆ ਜਾਵੇ। ਜੇ ਨਾ ਲਿਆ ਗਿਆ ਤੇ ਸ਼ਹਿਰ ਦੇ ਵਿੱਚ ਵੱਡਾ ਐਜੀਟੇਸ਼ਨ ਵਾਲਮੀਕਿ ਭਾਈਚਾਰੇ ਵੱਲੋਂ ਮਿੱਥ ਕੇ ਤੇ ਜਿਹੜੀ ਆ ਵੱਡੇ ਵਿਚਾਰ ਵਿਤਾਂਦਰੇ ਕਰਕੇ, ਤੇ ਇਸ ਬੱਚੇ ਨੂੰ ਜਿਹੜਾ
इन्हें माँ प्यो को दवाया जाएगा, जो ना दवाया गया तो जिम्मेवार पुलिस प्रशासन भी होगा, अंदर स्टाफ भी होगा, प्लस जिन्होंने बच्चा किन्ना भी किया जिम्मेवार हो गए। या भी मसला कुछ नहीं, जिहड़ी जनानी उत्थे आई सी उहनूं मिलण वास्ते उहने उहदे कोल फोन मंगिया सी, उह बच्ची है बेचारी पढ़दी है जे प्लस वन च, उह कहिंदी मेरे कोल फोन मंगिया सी ते मैं कहा मेरे कोल फोन है ही नहीं ते मैं पानी लैन आई हाँ, उहदी फिर सिस्टर उत्थे हॉस्पिटल दा उहदे बच्चा होया तफ्तीश चल रही है बच्चा हो जाएगी क्लियर हो जाएगी। हांजी हांजी।